ਦਸ਼ਮੇਸ਼ ਨਗਰ ਕੋਟ ਖਾਲਸਾ ਦੀ ਵਸਨੀਕ ਦਰਸ਼ਨ ਕੌਰ ਨੇ ਜਸਬੀਰ ਸਿੰਘ ਉੱਪਰ ਰੁਪਏ ਲੈ ਕੇ ਜਗ੍ਹਾ ਨਾ ਵੇਚਣ ਦੇ ਦੋਸ਼ ਲਗਾਏ ਹਨ। ਜਾਣਕਾਰੀ ਦਿੰਦਿਆਂ ਉਹਨਾਂ ਨੇ ਕਿਹਾ ਕਿ ਜਗ੍ਹਾ ਲੈ ਕੇ ਬਿਆਨਾ ਕੀਤਾ ਗਿਆ ਸੀ, ਪਰ ਬਾਅਦ ਵਿੱਚ ਜਸਬੀਰ ਸਿੰਘ ਜਗ੍ਹਾ ਦੀ ਰਜਿਸਟਰੀ ਕਰਾਉਣ ਲਈ ਮੁਕਰ ਗਿਆ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਥਾਣਾ ਕੋਟ ਖਾਲਸਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦੂਜੇ ਪਾਸੇ ਜਸਬੀਰ ਸਿੰਘ ਨੇ ਕਿਹਾ ਕਿ ਜੋ ਰੁਪਏ ਲਏ ਹਨ ਉਹ ਉਸਨੂੰ ਵਾਪਸ ਕਰ ਦਿੱਤੇ ਜਾਣਗੇ। ਇਸ ਮਾਮਲੇ ਸੰਬੰਧੀ ਥਾਣਾ ਮੁਖੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੇਰਾ ਨਾਮ ਦਰਸ਼ਨ ਕੌਰ ਹੈ ਜੀ, ਅਤੇ ਮੈਂ ਇੱਥੋਂ ਕੋਟ ਖਾਲਸਾ ਦਸ਼ਮੇਸ਼ ਨਗਰ ਦੀ ਵਸਨੀਕ ਹਾਂ। ਸਰ, ਮੇਰੇ ਨਾਲ ਗੱਲ ਇਸ ਤਰ੍ਹਾਂ ਹੋਈ ਆ ਕਿ ਜਸਵੀਰ ਸਿੰਘ ਫੌਜੀ ਆ, ਜੋ ਕਿ ਸ਼ੁਰੂ ਤੋਂ ਹੀ ਕਾਤਲ ਹੈ ਅਤੇ ਸ਼ੁਰੂ ਤੋਂ ਹੀ ਠੱਗੀਆਂ ਦਾ ਮਹਿਰ ਹੈ। ਮੈਂ ਗਰੀਬ ਔਰਤ, ਮੇਰੇ ਕੋਲ ਪਹਿਲਾਂ ਇਹਨੇ ਕਈ ਦਿਨ ਮੇਰੇ ਕੋਲ ਨਾ ਮੰਗੇ ਨਾਂ ਦੇ ਵਿਆਜ ਨੂੰ ਭੇਜਦਾ ਰਿਹਾ ਵਾ, ਕਹਿੰਦਾ ਰਿਹਾ ਮੇਰੇ ਕੋਲ ਕਿਸ਼ਤਾਂ 'ਤੇ ਜਗ੍ਹਾ ਲੈ ਲੈ, ਕਿਸ਼ਤਾਂ 'ਤੇ ਜਗ੍ਹਾ ਲੈ ਲੈ, ਅਤੇ ਮੈਂ ਗਰੀਬ ਔਰਤ, ਮੈਂ ਕਿਸ਼ਤਾਂ ਕਰਕੇ ਇਹਦੇ ਕੋਲ ਫਸ ਗਈ। ਫਿਰ ਇਹਨੇ ਸਰ ਮੇਰੇ ਕੋਲੋਂ ਨਾ 1,00,000 ਬਿਆਨਾ ਲਿਖਾ ਲਿਆ। ਬਾਅਦ 'ਚ ਇਹਨੇ NOC ਨਹੀਂ ਕਰਾਈ, ਮੈਂ 20,000 ਰੁਪਈਆ ਬਿਆਨ ਉਹਨੂੰ ਵੀ ਦੇ ਚੁੱਕੀ ਹਾਂ, ਲੋਨ ਵਾਲੇ ਨੂੰ ਵੀ 1,00,000 ਇਹਨੂੰ ਵੀ ਦੇ ਚੁੱਕੀ ਹਾਂ, 30,000 ਰੁਪਈਆ ਮੈਂ ਕਿਰਾਇਆ ਵੀ ਭਰ ਚੁੱਕੀ ਹਾਂ, ਅਤੇ ਇਹ ਮੈਨੂੰ ਨਾ ਕਬਜ਼ਾ ਦਿੰਦਾ ਨਾ ਮੈਨੂੰ ਕੋਈ ਨਿਆਂ ਦਿੰਦਾ ਆ, ਕਹਿੰਦਾ ਵੀ ਮੇਰਾ ਕੁਛ ਨਹੀਂ ਵਿਗਾੜ ਸਕਦੀ ਤੂੰ। ਮੈਂ ਅੱਗੇ ਇੰਨੇ ਲੋਕਾਂ ਦੇ ਪਰਜੇ ਦਰਜ ਕਰਵਾਏ ਆ, ਕਮਿਸ਼ਨਰ ਦਾ ਰੀਡਰ ਮੇਰੇ ਨਾਲ ਮਿਲਿਆ ਹੋਇਆ ਆ, ਜੋ ਕਿ ਮੈਨੂੰ ਕੁਛ ਨਹੀਂ ਹੋ ਸਕਦਾ, ਤੂੰ ਜਿੱਥੇ ਮਰਜ਼ੀ ਚਲ ਜਾ ਮੇਰੇ ਬਾ। ਇਹਨੇ ਆਪਣੇ ਪਹਿਲਾਂ ਜੀ ਆਪਣੇ ਬੇਟੇ ਦਾ ਵੀ ਕਤਲ ਕੀਤਾ, ਆਪਣੇ ਭਣਵਈਏ ਦਾ ਵੀ ਕਤਲ ਕੀਤਾ, ਮੈਨੂੰ ਔਰ ਆਪਣੇ ਬੱਚਿਆਂ ਦਾ, ਅਤੇ ਮੈਨੂੰ ਆਪਣਾ ਵੀ ਡਰ ਲੱਗਦਾ ਵੀ ਮੈਂ ਇਸ ਬੰਦੇ ਨਾਲ ਕੋਈ ਦੁਸ਼ਮਣੀ ਨਹੀਂ ਲੈ ਸਕਦੀ, ਮੈਨੂੰ ਇਨਸਾਫ਼ ਦਿਵਾਇਆ ਜਾਵੇ, ਮੈਨੂੰ ਜਗ੍ਹਾ ਦਾ ਕਬਜ਼ਾ ਦਿਵਾਇਆ ਜਾਵੇ। ਹਾਂ ਸਰ, ਮੈਂ ਕੋਟ ਖਾਲਸਾ ਦਿੱਤੀਆਂ ਕੰਪਲੇਟਾਂ, ਕਮਿਸ਼ਨਰ ਸਾਹਿਬ ਦੇ ਵੀ ਦਿੱਤੀਆਂ, ਮੇਰੀ ਕੋਈ ਗਰੀਬਣੀ ਕਾਰਵਾਈ ਨਹੀਂ ਹੋਈ। ਸਾਲ ਤੋਂ ਸਾਨੂੰ ਖਰਾਬ ਕਰ ਰਿਹਾ ਸਰ, ਇੱਦਾਂ ਹੀ। ਸਰ ਪਹਿਲਾਂ 1,00,000 ਮੈਨੂੰ ਦਿੱਤਾ, ਫਿਰ ਮੈਨੂੰ 20,000 ਰੁਪਈਆ, ਫਿਰ ਮੈਨੂੰ 1,00,000 ਦਿੱਤਾ ਸਰ। ਹਾਂਜੀ, ਨਹੀਂ ਸਰ ਮੈਨੂੰ ਕੋਈ ਜਗ੍ਹਾ ਨਹੀਂ ਇਹਨੇ ਦਿੱਤੀ, ਮੈਨੂੰ ਧੋਖੇ ਚਿਖਦਾ ਰਿਹਾ ਹੈ। ਜਸਵੀਰ ਸਿੰਘ ਜੀ, ਰਣਜੀਤ ਕੌਰ ਦੇ, ਉਹਦੇ ਪਤਨੀ ਦੇ। ਅਸੀਂ ਸਰ ਮੰਗ ਗਰੀਬ ਕਰਦੇ ਹਾਂ ਵੀ ਸਾਨੂੰ ਇਨਸਾਫ਼ ਦਿਵਾਇਆ ਜਾਵੇ, ਸਾਨੂੰ ਜਗ੍ਹਾ ਦਾ ਕਬਜ਼ਾ ਦਿਵਾਇਆ ਜਾਵੇ। ਮੈਂ ਗਰੀਬ ਔਰਤ ਹਾਂ, ਮੈਂ ਕਿਰਾਏ 'ਤੇ ਰਹਿ ਰਹੀ ਹਾਂ, ਬੱਚੇ ਮੇਰੇ ਦਿਹਾੜੀਦਾਰ ਆ, ਘਰ ਵਾਲਾ ਮੇਰੇ ਦਾ ਝੂਕਣਾ ਟੁੱਟਾ ਹੋਇਆ ਆ, ਮੰਜੇ ਦੇ ਉੱਤੇ ਆ, ਮੈਂ ਗਰੀਬਣੀ ਹਾਂ, ਮੈਨੂੰ ਇਨਸਾਫ਼ ਦਿਵਾਇਆ ਵੀ ਮੈਨੂੰ ਕਬਜ਼ਾ ਦਿਵਾਇਆ ਜੀ। ਹਾਂਜੀ ਅੰਕਲ ਜੀ, ਕੀ ਮਾਮਲਾ ਜੀ? ਜਿਹੜਾ ਜੀ ਇੱਕ ਦਰਸ਼ਨਾ ਬੀਬੀ ਆ, ਉਹਦੇ ਘਰ ਵਾਲੇ ਨੇ ਮੇਰੇ ਤੋਂ ਬਿਆਨਿਆ ਕਰਾਇਆ ਸੀ 1,00,000 ਦੇ ਕੇ, ਅਤੇ 5-1 ਜਨਵਰੀ ਉਹਦੀ ਡੇਟ ਸੀ, ਉਹ ਲੰਘ ਗਈ ਆ, ਪਰ ਮੈਂ ਲੰਘੀ ਡੇਟ ਤੋਂ ਬਾਅਦ ਵੀ ਉਹਨਾਂ ਨੂੰ ਰਜਿਸਟਰੀ ਕਰਨ ਨੂੰ ਤਿਆਰ ਹਾਂ, ਜਦੋਂ ਮਰਜ਼ੀ ਕਰਾ ਲੈਣ, ਜੇ ਟਾਈਮ ਵੱਧ ਲੈਣਾ ਵੱਧ ਲੈ ਲੈਣ, ਮਹੀਨੇ ਦਾ 2 ਮਹੀਨੇ ਦਾ ਜੋ ਵੀ, ਅਤੇ ਮੇਰੀ ਦਰਖਾਸਤ ਜਿਹੜੀ ਪੈਣੀ ਆ ਸਭ ਕੋ SHO ਸਭ ਕੋ, ਉਹ ਜੋ ਵੀ ਫੈਸਲਾ ਕਰਨਗੇ ਮੈਨੂੰ ਮਨਜ਼ੂਰ ਹੋਊਗਾ। ਜੇ ਉਹਨੇ ਬਿਆਨਾ ਵਾਪਸ ਲੈਣਾ ਵਾ ਤਾਂ ਉਹ ਬਿਆਨਾ ਕੈਂਸਲ ਕਰਾ ਦੇਣ, ਅਤੇ ਕੈਂਸਲ ਕਰਾ ਕੇ ਇੱਥੇ ਪੁਲਿਸ ਕੋਲ ਰੱਖ ਦੇਣ, ਅਤੇ ਮੈਂ 3-4 ਮਹੀਨਿਆਂ 'ਚ ਆਪਦਾ ਮਕਾਨ ਵੇਚ ਕੇ ਉਹਦਾ ਬਿਆਨੇ ਪੈਸੇ ਦੇ ਦੂੰਗਾ। ਉਸ ਤਰ੍ਹਾਂ ਨਕਦ ਪੈਸਾ ਮੇਰੇ ਕੋਲ ਹੈ ਨਹੀਂ, ਅਤੇ ਮੈਂ 1,00,000 'ਚ ਨਾ ਤਾਂ ਉਹਨਾਂ ਨੂੰ ਕਬਜ਼ਾ ਕਰਨ ਦੇਣਾ, ਨਾ ਮੈਨੂੰ ਉਹਨਾਂ ਦੀਆਂ ਧਮਕੀਆਂ ਸੁਣਨੀਆਂ, ਉਹਨਾਂ ਨੂੰ ਬਹੁਤ ਧਮਕੀਆਂ ਦਿੱਤੀਆਂ ਸੀ, ਮੈਂ ਤਾਂ ਪੁਲਿਸ ਕੋਲ ਆਇਆ, ਅਤੇ ਹੁਣ ਮੇਰੀ ਦਰਖਾਸਤ ਆ ਜਿਹੜੀ ਪੁਲਿਸ ਕੋਲ ਆ, ਅਤੇ ਉਹ ਜੋ ਫੈਸਲਾ ਕਰੂਗੀ ਠੀਕ ਆ, ਮੈਂ ਜ਼ਿਆਦਾ ਕੁਛ ਨਹੀਂ ਕਹਿਣਾ ਚਾਹੁੰਦਾ। ਕੀ ਨਾਮ? ਮੇਰਾ ਨਾਮ ਜਸਵੀਰ ਸਿੰਘ। ਹਾਂਜੀ ਸਰ, ਕੀ ਮਾਮਲਾ ਜੀ? ਜਿਹੜਾ ਇੱਕ ਜਗ੍ਹਾ ਨੂੰ ਲੈ ਕੇ ਜਿਹੜਾ ਇੱਕ ਬਿਆਨਾ ਵੀ ਕੀਤਾ ਗਿਆ, ਇੱਕ ਨਾ ਦਰਸ਼ਨ ਕੌਰ ਨਾਂ ਦੀ ਔਰਤ ਆ, ਪਤਨੀ ਸੁਖਦੇਵ ਸਿੰਘ ਵਾਸੀ ਦਸ਼ਮੇਸ਼ ਨਗਰ ਵਿੱਚ ਰਹਿੰਦੀ ਆ ਸਾਡੇ ਲਾਗੇ ਕੋਟ ਖਾਲਸਾ ਇਲਾਕੇ 'ਚ। ਇਹਨੇ ਨਾ ਇੱਕ ਜਸਵੀਰ ਸਿੰਘ ਫੌਜੀ ਆ, ਉਹਦੇ ਖਿਲਾਫ਼ ਦਰਖਾਸਤ ਦਿੱਤੀ ਆ, ਇਹਨਾਂ ਨੇ ਨਾ ਇੱਕ ਬਿਆਨਾ ਕਰਾਇਆ ਵਾ, 87.87 ਗਜ਼ ਜਗ੍ਹਾ ਵਾ, 5,80,000 ਰੁਪਏ ਵਿੱਚ ਸੌਦਾ ਹੋਇਆ ਵਾ, ਅਤੇ 1,00,000 ਰੁਪਏ ਦਰਸ਼ਨ ਕੌਰ ਨੇ ਉਹਨਾਂ ਨੂੰ ਬਿਆਨਾ ਦਿੱਤਾ ਵਾ, 5/1/2019 ਤਰੀਕ ਸੀਗੀ ਇਹਦੀ, ਅਤੇ ਹੁਣ ਜਿਹੜਾ ਦਰਸ਼ਨ ਕੌਰ ਆ ਉਹਦੇ ਕੋਲ 4,80,000 ਰੁਪਇਆ ਬਕਾਇਆ ਜਿਹਦੀ ਰਕਮ ਨਹੀਂ ਬਣੀ, ਅਤੇ 5/1/19 ਨੂੰ ਉਹ ਰਜਿਸਟਰੀ ਕਰਨ ਨੂੰ ਅੱਜ ਬੁਲਾਇਆ ਸੀ ਉਹਨੂੰ ਜਸਵੀਰ ਸਿੰਘ ਨੂੰ ਵੀ, ਉਹ ਇਸ ਗੱਲ ਲਈ ਰਾਜ਼ੀ ਆ ਵੀ ਮੈਨੂੰ ਬਕਾਇਆ ਪੈਸੇ ਦੇ ਦੇਵੇ ਅਤੇ ਰਜਿਸਟਰੀ ਕਰਾ ਲਵੇ, ਅਤੇ ਜੇਕਰ ਬਿਆਨਾ ਵੀ ਵਾਪਸ ਲੈਣਾ ਵਾ ਤਾਂ ਬਿਆਨਾ ਵੀ ਵਾਪਸ ਦੇ ਸਕਦਾ ਵਾਂ। ਇਹਨਾਂ ਨੂੰ ਸੋਮਵਾਰ ਨੂੰ ਬੁਲਾਇਆ ਵਾ, ਅਤੇ ਦੋਵਾਂ ਧਿਰਾਂ ਦਾ ਜੋ ਵੀ ਸਾਹਮਣੇ ਗੱਲ ਆਊਗੀ